14 ਫਰਵਰੀ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀ ਨਗਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋ ਦੇ ਨਿੱਜੀ ਸਲਾਹਕਾਰ ਰਹਿ ਚੁੱਕੇ ਗੁਰ ਅਮ੍ਰਿਤਪਾਲ ਸਿੰਘ ਲਵਲੀ ਦੇ ਗ੍ਰਹਿ ਵਿਖੇ ਫਤਿਹਗੜ੍ਹ ਟੂੜੀਆਂ ਵਿਖੇ ਪਹੁੰਚ ਕੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਲਕਾ ਫਤਿਹਗੜ੍ਹ ਟੂੜੀਆਂ ਨਾਲ ਸੰਬੰਧਿਤ ਕਈ ਸੀਨੀਅਰ ਅਕਾਲੀ ਆਗੂ ਵੀ ਵਿਖਾਈ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਲਖਬੀਰ ਸਿੰਘ ਲੋਧੀ ਨਗਰ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਅਤੇ ਪਾਰਟੀ ਦੀ ਤਰੱਕੀ ਨੂੰ ਲੈ ਕੇ ਉਹਨਾਂ ਵੱਲੋਂ ਬਟਾਲਾ ਅਤੇ ਅੰਮ੍ਰਿਤਸਰ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਸਿਲਸਿਲੇ ਵਜੋਂ ਫਤਿਹਗੜ੍ਹ ਟੂੜੀਆਂ ਵਿਖੇ ਵੀ ਪਹੁੰਚੇ ਹਨ। ਉਹਨਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਹਾਈਕਮਾਂਡ ਦੇ ਨਿਯਮਾਂ ਦੇ ਮੁਤਾਬਕ ਵੱਖ ਵੱਖ ਹਲਕਿਆਂ ਤੋਂ ਜਿੱਤ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹੋਏ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਅੱਜ ਮੈਂ ਮੇਰੇ ਵੀਰ ਲਵਲੀ ਦੇ ਘਰ, ਜਿਨ੍ਹਾਂ ਦੇ ਨਾਲ ਮੇਰਾ ਬਹੁਤ ਲੰਬੇ ਸਮੇਂ ਤੋਂ ਪਿਆਰ ਆ, ਕਈ ਵਾਰਾਂ ਪ੍ਰੋਗਰਾਮ ਬਣਾਇਆ ਪਰ ਇਤਫਾਕ ਨਹੀਂ ਬਣਦਾ ਰਿਹਾ ਅਤੇ ਰਹਿ ਜਾਂਦਾ ਰਿਹਾ। ਹੁਣ ਵੀ 4-5 ਵਾਰਾਂ ਪ੍ਰੋਗਰਾਮ ਬਣਾਇਆ ਸੀ ਕਿਉਂਕਿ ਇਲੈਕਸ਼ਨਾਂ ਦੇ ਦਿਨ ਨੇ। ਮੈਂ ਕਿਹਾ ਨਾਲੇ ਕੋਈ ਸੰਗਤ ਦੇ ਦਰਸ਼ਨ ਕਰ ਲਾਂਗੇ ਕਿਉਂਕਿ ਸੱਜਣ ਮਿੱਤਰ ਆਏ ਹੋਣਗੇ। ਮਿਊਂਸੀਪਲ ਕਮੇਟੀ ਫਤਿਹਗੜ੍ਹ ਦੀ ਵੀ ਚੋਣ ਆ, ਬਟਾਲਾ ਕਾਰਪੋਰੇਸ਼ਨ ਦੀ ਵੀ ਆ, ਬਾਕੀ ਥਾਵਾਂ ਦੀ ਆ। ਮੈਂ ਉੱਥੇ ਜਾ ਕੇ ਆਇਆ, ਅੰਮ੍ਰਿਤਸਰ ਹੀ ਤੁਹਾਨੂੰ ਪਤਾ ਡਿਊਟੀ ਲੱਗੀ ਆ। ਉਸ ਸਿਲਸਿਲੇ ਵਿੱਚ ਚਾਹ ਦਾ ਕੱਪ ਪੀਣ ਵਾਸਤੇ ਆਇਆ ਸੀ ਪਰ ਇਹਨੇ ਛੋਟੇ ਨੇ ਕਾਫੀ ਸੀਨੀਅਰ ਸਾਥੀਆਂ ਦੇ ਦਰਸ਼ਨ ਕਰਾਏ ਆ, ਬੜੀ ਖੁਸ਼ੀ ਆ, ਇਹਨਾਂ ਦਾ ਧੰਨਵਾਦ ਆ। ਇਸ ਤਰ੍ਹਾਂ ਆਏ ਬਗੈਰ ਚਾਹ ਸ਼ਾਹ 'ਤੇ ਚੱਕਰ ਮਾਰਦੇ ਰਹਾਂਗੇ। ਜਿੱਥੇ ਜਿੱਥੇ ਕੋਈ ਸਾਡੀ ਜ਼ਰੂਰਤ ਹੋਊਗੀ, ਜਿਹੜੇ ਵੀ ਸਾਥੀ ਸਾਡੇ ਦੇ ਹੁਕਮ ਲਾਉਣਗੇ, ਉਹਨਾਂ ਵਾਸਤੇ ਹਾਜ਼ਰ ਵੀ ਹੋਵਾਂਗੇ। ਔਰ ਨਿਰਛਲ ਤੌਰ ਦੇ ਉੱਤੇ ਬਗੈਰ ਕਿਸੇ ਇਹਦੇ ਵਿੱਚ ਕੋਈ ਡੰਗਿਆਈ ਰੱਖਣ ਤੋਂ ਬਗੈਰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਹਾਜ਼ਰ ਹੋ। 200 ਵਜਦੀਆਂ ਜੇ ਦੂਰ ਨੇ ਹੁਣ, ਅਜੇ ਤਾਂ ਉਹ ਜਿਹੜਾ ਅਰਦਾਸ ਕਰਨ ਰਹੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਅੰਦੋਲਨ ਦਾ ਕੁਛ ਬਣ ਜਾਏ। ਜੇ ਕਿਰਪਾ ਹੋ ਜਾਏ, ਅੰਦੋਲਨ 'ਚ ਕਾਮਯਾਬੀ ਮਿਲ ਜਾਏ, ਫਿਰ ਹੀ ਅਗਲੀਆਂ ਇਲੈਕਸ਼ਨਾਂ ਬਾਰੇ ਸੋਚਣਾ ਚਾਹੀਦਾ। ਜੇਕਰ ਨਹੀਂ ਹੁੰਦਾ ਤਾਂ ਮੈਂ ਸਮਝਣਾ ਇਲੈਕਸ਼ਨਾਂ ਬਾਰੇ ਬਹੁਤਾ ਸੋਚਣਾ ਹੀ ਨਹੀਂ ਚਾਹੀਦਾ, ਕਿਉਂਕਿ ਆਪਣੀ ਪੰਜਾਬ ਦੀ, ਆਪਣੀ ਕਿਸਾਨੀ ਦੀ, ਕਿਸਾਨ ਮਜ਼ਦੂਰ ਦੀ ਅਣਖ ਦਾ ਸਵਾਲ ਆ, ਪੰਜਾਬ ਦੀ ਅਣਖ ਦਾ ਸਵਾਲ ਆ। ਮੈਂ ਜਾਤੀ ਤੌਰ 'ਤੇ ਇਸ, ਕਿਉਂਕਿ ਮੈਂ ਜ਼ਿਮੀਦਾਰ ਹਾਂ, ਉੱਕਾ ਪੁੱਕਾ ਹੀ ਜ਼ਿਮੀਦਾਰ ਹਾਂ, ਕਿਉਂਕਿ ਮੇਰਾ ਤਾਂ ਹੋਰ ਕਾਰੋਬਾਰ ਵੀ ਕੋਈ ਨਹੀਂ। ਅਤੇ ਮੈਂ ਇਮਾਨਦਾਰੀ ਦੇ ਨਾਲ ਤੁਹਾਡੇ ਸਾਹਮਣੇ ਪ੍ਰੈਸ ਦੇ ਕਹਿੰਦਾ ਕਿ ਸਭ ਤੋਂ ਪਹਿਲਾਂ ਮੇਰੀ ਅਰਦਾਸ ਇਹ ਆ ਕਿ ਸੱਚੇ ਪਾਤਸ਼ਾਹ ਸਾਨੂੰ ਉੱਥੇ ਕਾਮਯਾਬੀ ਬਖਸ਼ੇ, ਔਰ ਉਹ ਕਾਮਯਾਬੀ ਤੋਂ ਬਾਅਦ ਅਗਲੀ ਗੱਲ ਜਿਹੜੀ ਆ ਕਦੀ ਇਲੈਕਸ਼ਨ ਦੀ ਕਰਨੀ। ਨਹੀਂ ਵੇਖੋ, ਮੰਤਵ ਬਦੋ ਬਦੀ ਬਣਾ ਦਿੱਤੇ ਜਾਂਦੇ ਨੇ। ਜੋ ਪਾਰਟੀ ਨੇ ਕਰਨਾ ਉਹ ਸਾਰਿਆਂ ਨੂੰ ਪਤਾ, ਕੋਈ ਲੋਧੀ ਨੰਗਲ ਦੇ ਆਖੇ ਨਹੀਂ ਕਰਨਾ, ਕੋਈ ਦੂਸਰੇ ਦੇ ਆਖੇ ਨਹੀਂ ਕਰਨਾ, ਕੋਈ ਤੀਸਰੇ ਦੇ ਆਖੇ ਨਹੀਂ ਕਰਨਾ। ਜਿਹੜੀ ਪਾਰਟੀ ਆ, ਜਦੋਂ ਇਲੈਕਸ਼ਨ ਕਾਮਯਾਬੀ ਇੱਧਰਲੇ ਬੰਨੇ ਮਿਲ ਗਈ ਤਾਂ ਫਿਰ ਪਾਰਟੀ ਜਿਹੜੀ ਆ ਅਗਲੇ ਮਨੋਰਥ ਬਾਰੇ ਸੋਚੇਗੀ, ਔਰ ਇਹੋ ਹੀ ਸੋਚੇਗੀ ਕਿ ਜਿਹੜੇ ਬੰਦੇ ਜਿੱਤ ਸਕਦੇ ਨੇ ਉਹਨਾਂ ਨੂੰ ਇਲੈਕਸ਼ਨਾਂ ਲੜਾਈਆਂ ਜਾਣ, ਕਿਉਂਕਿ ਜਦੋਂ ਵਾਰ ਵਾਰ ਹਾਰ ਹੋ ਜਾਂਦੀ ਆ ਫਿਰ ਲੋਕ ਟੁੱਟ ਜਾਂਦੇ ਆ। ਇਸ ਕਰਕੇ ਉਹਦੇ ਤੋਂ ਬਚਾਅ ਕਰਨ ਵਾਸਤੇ ਪਾਰਟੀ ਸਾਰੇ ਪੰਜਾਬ ਵਿੱਚ ਹੀ ਇਹ ਸੋਚ ਰਹੀ ਆ ਕਿ ਅਸੀਂ ਠੀਕ ਤਰੀਕੇ ਦੇ ਨਾਲ ਜਿਹੜੇ ਇਫੈਕਟਿਵ ਕੈਂਡੀਡੇਟ ਨੇ ਪਾਰਟੀ ਦੇ ਉਹਨਾਂ ਨੂੰ ਅਸੀਂ ਖੜੇ ਕਰਾਂਗੇ। ਤੁਹਾਨੂੰ ਦੱਸ ਦੇ ਕਿ ਲੋਧੀ ਨੰਗਲੋਂ ਇਸ ਮੀਟਿੰਗ ਨੂੰ ਚਾਹ ਦਾ ਕੱਪ ਸਾਂਝਾ ਕਰਨ ਦਾ ਨਾਮ ਦਿੱਤਾ ਗਿਆ ਹੈ, ਪਰ ਫਤਿਹਗੜ੍ਹ ਟੂੜੀਆਂ ਸ਼ਹਿਰ ਵਿੱਚ ਕਾਲੋ ਪਰਿਵਾਰ ਦੇ ਨਜ਼ਦੀਕੀ ਸਾਥੀ ਦੇ ਗ੍ਰਹਿ ਵਿਖੇ ਲੋਧੀ ਨਗਰੋਂ ਦਿੱਤੀ ਗਈ ਸਕਿਓਰਟੀ ਮੀਟਿੰਗ 'ਤੇ ਨਵੀਆਂ ਚਰਚਾ ਛਿੜ ਗਈਆਂ ਹਨ। ਫਤਿਹਗੜ੍ਹ ਟੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।